ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਅੱਜ ਸਮੁੱਚਾ ਗੁਰੂ ਖਾਲਸਾ ਪੰਥ 6 ਜੂਨ 1984 ਨੂੰ ਵਾਪਰੇ ਘੱਲੂਘਾਰੇ ਦਾ ਦਿਹਾੜਾ ਜਿਹੜਾ ਹੈ ਉਹ ਮਨਾ ਰਿਹਾ, ਉੱਥੇ ਅੱਜ ਮੇਰੀ ਪੀੜ੍ਹੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜਾ ਵੀ ਹੈ। ਜਿੱਥੇ ਅਸੀਂ 1984 ਦੀ ਜੂਨ ਦੇ ਪਹਿਲੇ ਹਫ਼ਤੇ ਮੌਕੇ ਹੰਢਾਈ ਪੀੜ ਜਿਹੜੀ ਹਮੇਸ਼ਾ ਹਮੇਸ਼ਾ ਸਾਨੂੰ ਜਿਹੜਾ ਹੈ ਇਸ ਦਿਨ ਦੀ ਯਾਦ ਕਰਵਾਉਂਦੀ ਰਹੇਗੀ, ਉਸ ਦਾ ਅਸੀਂ ਅਹਿਸਾਸ ਜਿਹੜਾ ਹੈ ਆਪਣੇ ਮਨਾਂ ਦੇ ਅੰਦਰ ਧਾਰਨ ਕਰ ਰਹੇ ਹਾਂ। ਉੱਥੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਇਹ ਵੀ ਸਿੱਖ ਜਗਤ ਮਨਾ ਰਿਹਾ, ਜਿਨ੍ਹਾਂ ਨੇ ਉਸ ਵਕਤ ਦੇ ਮੁਗਲ ਸਾਮਰਾਜ ਨੂੰ ਇਹ ਦੱਸ ਦਿੱਤਾ, 4 ਜੰਗਾਂ ਲੜ ਕੇ ਔਰ ਉਹਨਾਂ ਵਿੱਚ ਫਤਿਹ ਪ੍ਰਾਪਤ ਕਰਕੇ, ਕਿ ਇਸ ਮੁਲਕ ਦੇ ਵਿੱਚ ਵੱਡੇ ਤੋਂ ਵੱਡੇ ਸਾਮਰਾਜ ਨੂੰ ਹੌਸਲੇ, ਦ੍ਰਿੜਤਾ, ਦਲੇਰੀ ਅਤੇ ਇੱਕ ਅਕਾਲ ਪੁਰਖ ਪਰਮੇਸ਼ਵਰ ਦੀ ਓਟ ਸ਼ਕਤੀ ਦੇ ਨਾਲ ਮਾਤ ਦਿੱਤੀ ਜਾ ਸਕਦੀ ਹੈ। ਅੱਜ ਅਸੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਵੀ ਮਨਾ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।